ਅੱਜ ਦੇ ਵਲੌਗ ਦੇ ਵਿੱਚ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਟੱਲੂ ਪੰਪ ਲਾਉਣ ਲੱਗੇ ਹਾਂ। ਉਹਦੇ ਨਾਲ ਇੱਥੇ ਸਮਰਸੀਬਲ ਮੋਟਰ ਲਾਈ ਸੀ ਦੂਜੀ ਕੂਲਰ ਵਾਲੀ, ਉਹ ਕਾਮਯਾਬ ਨਹੀਂ ਹੋਈ ਅਤੇ ਹੁਣ ਅੱਜ ਇਹ ਕਰਨ ਲੱਗੇ ਹਾਂ ਟੱਲੂ ਪੰਪ ਫਿੱਟ। ਅਤੇ ਬਣੇ ਰਹੋ ਨਾਲ, ਚਲੋ ਜੀ ਫਿਰ ਆ ਜਾਓ। ਰੁਕੋ ਜਰਾ, ਸਬਰ ਕਰੋ। ਉਹ ਜੀ ਚੱਲ ਗਿਆ, ਹੁਣ ਵੇਖਦੇ ਹਾਂ ਕਿ ਪਾਣੀ ਚੁੱਕਿਆ ਕਿ ਨਹੀਂ ਚੁੱਕਿਆ, ਮਗਰ ਇਹ ਚੀਜ਼ ਚੱਲ ਗਈ ਹੈ। ਵੈਸੇ ਟੱਲੂ ਪੰਪ ਚੱਲਣ ਡਿਆ ਵਾ, ਟੱਲੂ ਪੰਪ 'ਤੇ ਚੱਲ ਗਿਆ, ਪਾਣੀ ਹਜੇ ਚੁੱਕਿਆ ਨਹੀਂ। ਵੈਸੇ ਇਹਨੇ ਪਾਣੀ ਚੁੱਕਣ ਡਿਆ, ਵੈਸੇ ਸਹਿ ਸਹਿ ਚੱਲ ਗਿਆ ਇਹ ਸਿਸਟਮ। ਇਹ ਹੈ ਜੀ ਟੱਲੂ ਪੰਪ ਵਾਲਾ ਜਗਾੜ ਆਪਣਾ ਕੰਮ ਜਿਹਾ, ਪਹਿਲਾਂ ਵੀ ਕੰਮ ਟੱਲੂ ਪੰਪ ਵਾਲਾ ਹੀ ਹੋਇਆ ਸੀ। ਟੱਲੂ ਪੰਪ ਹੁਣ ਆ ਚੱਲਣ ਡੀ ਪੈਡ, ਅਬੇ ਓਏ ਤੂੰ ਦੇਖ ਕੇ ਨਹੀਂ ਚਲਾ ਸਕਦਾ ਕਿਆ ਭਾਈ? ਪਲੀਜ਼ ਜਾ, ਪਲੀਜ਼ ਜਾ। ਇਹ ਜਗਾੜ ਹੋ ਗਿਆ ਜੀ ਆਪਣਾ ਕਾਮਯਾਬ, ਹੁਣ ਇਹ ਚੱਲੇਗਾ ਜਿਵੇਂ ਕਿ ਸਿਸਟਮ ਵਧੀਆ ਅੰਦਰ, ਜਿਵੇਂ ਹੁਣ ਠੰਡੀ ਜਿਵੇਂ ਪੱਛੋਂ ਚੱਲਣ ਡੀ, ਪੱਛੋਂ ਦੀ ਹਵਾ ਅੰਦਰ ਐਨ ਵਧੀਆ ਜਾਏਗੀ ਅਤੇ ਠੰਡਾ ਹੋਏਗਾ ਅੰਦਰੋਂ। ਪਾਣੀ ਚੱਕ ਲਿਆ ਵੈਸੇ ਇਹਨੇ, ਬੋਰ ਵੱਡਾ ਚਲਾ ਕੇ ਇਹਨੂੰ ਫਿਰ ਭਰ ਦਿੰਦੇ ਹਾਂ। ਲਓ ਜੀ ਵੱਡਾ ਬੋਰ ਵੀ ਚਲਾ ਤਾ, ਵੱਡਾ ਬੋਰ ਚਲਾ ਕੇ ਅਤੇ ਇੱਧਰੋਂ ਦੀ ਪਾਣੀ ਹੁਣ ਫਿਰ ਆਹ ਚੀਜ਼ ਬਣਾਈ ਆ, ਆਹ ਵੱਡਾ ਬੋਰ ਚੱਲਣ ਡਿਆ ਸਮਰਸੀ, ਉਹਦੇ ਨਾਲ ਭਰ ਲਾਂਗੇ ਇਹਨੂੰ ਖੱਡੇ ਨੂੰ ਇੱਕ ਵਾਰੀ, ਫਿਰ ਇਹ ਲਗਾਤਾਰ ਚੱਲਦਾ ਰਹੂਗਾ। ਚੰਗਾ ਜੀ, ਅੱਜ ਦਾ ਬਲੌਗ ਕਿੱਦਾਂ ਦਾ ਲੱਗਾ ਦੱਸਿਓ ਜਰਾ। ਜਿਹੜੇ ਨਵੇਂ ਆ ਵੀਰ ਚੈਨਲ 'ਤੇ, ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ। ਥੈਂਕ ਯੂ, ਮਿਹਰਬਾਨੀ। ਚੰਗਾ ਮਿੱਤਰੋ, ਫਿਰ ਮਿਲਦੇ ਹਾਂ।